ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਯਾਲੀ ਮਦਦ ਮੈਂ ਦਰਸ਼ਨ ਕੰਗ ਕੈਲਗਰੀ ਮਕਾਲ ਹਲਕੇ ਤੋਂ ਫਿਰ ਚੋਣ ਲੜ ਰਿਹਾ ਹਾਂ ਮੈਂ ਕੈਲਗਰੀ ਮਕਾਲੇ ਵਾਸੀਆਂ ਦੇ ਸਾਰੇ ਮਸਲੇ ਜਿਵੇਂ ਕਿ ਏਅਰਪੋਰਟ ਟਨਲ ਦਾ ਮਸਲਾ ਜੈਨਸ ਸੈਂਟਰ ਦਾ ਮਸਲਾ ਪਲੇਗਰਾਊਂਡਾਂ ਦਾ ਮਸਲਾ ਅਤੇ ਨਾਲ ਹੀ ਨਾਲ ਇਮੀਗ੍ਰੇਸ਼ਨ ਹੈਲਥ ਕੇਅਰ ਐਜੂਕੇਸ਼ਨ ਅਤੇ ਹੋਰ ਕੋਈ ਵੀ ਡਿਸਕ੍ਰਿਮੀਨੇਸ਼ਨ ਦਾ ਮਸਲਾ ਖੜ੍ਹਾ ਹੋਇਆ ਉਹਨਾਂ ਨੂੰ ਹੱਲ ਕਰਾਉਣ ਵਿੱਚ ਆਪਣਾ ਪੂਰਾ ਪੂਰਾ ਯੋਗਦਾਨ ਪਾਇਆ ਹੁਣ 23 ਅਪ੍ਰੈਲ ਨੂੰ ਇਲੈਕਸ਼ਨ ਹੋਣ ਜਾ ਰਹੀ ਹੈ ਅਤੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇੱਕ ਵਾਰ ਫਿਰ ਦੁਬਾਰਾ ਮੈਨੂੰ ਆਪਣਾ ਕੀਮਤੀ ਵੋਟ ਦੇ ਕੇ ਕਾਮਯਾਬ ਕਰੋ ਦਰਸ਼ਨ ਕੰਗ ਲਿਬਰਲ ਕੈਂਡੀਡੇਟ ਫੋਰ ਕੈਲਗਰੀ ਮਕਾਲ